ਅਸਲਾਮ ਵਾਲੇਕੁਮ ਨਾਜ਼ਰੀਨ ਸਾਜਾ ਸਾਈ ਵਾਲ ਦੇ ਪਲੇਟਫਾਰਮ ਤੋਂ ਮੈਂ ਤੁਹਾਡਾ ਸੱਜਣ ਤੁਹਾਡਾ ਬੇਲੀ ਤੁਹਾਡਾ ਦੋਸਤ ਸ਼ਫਕਤ ਬਗੇਲਾ ਅੱਜ ਤੁਹਾਡੀ خدمت ਵਿੱਚ ਇੱਕ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਲੇਕਿਨ ਨਾਜ਼ਰੀਨ ਤੁਸੀਂ ਇੱਕ ਕੰਮ ਕਰਨਾ ਹੈ ਜਿਹੜਾ ਕਿ ਮੈਂ ਹਮੇਸ਼ਾ ਰਿਕਵੈਸਟ ਕਰਨਾ ਕਿ ਤੁਸੀਂ ਸਭ ਤੋਂ ਪਹਿਲੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਸਾਡੀਆਂ ਆਉਣ ਵਾਲੀ ਦੀ ਮਜ਼ੀਦ ਵੀਡੀਓਜ਼ ਤੇ ਕਹਾਣੀਆਂ ਤੁਹਾਡੇ ਤੱਕ ਬੜ ਵਕਤ ਪਹੁੰਚਦਿਆਂ ਰਹਿ। ਅੱਛਾ ਨਾਜ਼ਰੀਨ ਪੰਜਾਬੀ ਅਦਬ ਦੀ ਇੱਕ ਸਿਫ ਜਿਹੜੇ ਜ਼ਿਆਦਾ ਲੋਕ ਉਸ ਤੋਂ ਵਾਕਿਫ ਨਹੀਂ ਨੇ ਜਿਸ ਤਰ੍ਹਾਂ ਇਹ ਦੋੜੇ ਨੂੰ ਵੀ ਕਿਸੇ ਵਜ੍ਹਾ ਤੋਂ ਕਿਸੇ ਸਾਜ਼ਿਸ਼ ਦੇ ਤਹਿਤ ਪਿਛਾ ਰੱਖਿਆ ਗਿਆ ਉਸੇ ਤਰ੍ਹਾਂ ਪੰਜਾਬੀ ਦੀ ਇੱਕ ਬੜੀ ਹੀ ਖੂਬਸੂਰਤ ਅਤੇ ਅਹਿਮਤਰੀਨ ਸਿਫੇ ਜਿੰਨੂੰ ਕਹਾਣੀ ਆਖਿਆ ਜਾਂਦਾ ਹੈ। ਨਾਜ਼ਰੀਨ ਅੱਜ ਮੈਂ ਤੁਹਾਡੇ ਵਾਸਤੇ ਪੰਜਾਬੀ ਅਦਬ ਅੱਛਾ ਇੱਕ ਹੋਰ ਵੀ ਨਾਜ਼ਰੀਨ ਮੈਂ ਗੱਲ ਕਰਨਾ ਚਾਹਾਂਗਾ ਸਾਡੇ ਪੰਜਾਬੀ ਦੇ ਐਸੇ ਅਲਫਾਜ਼ ਨੇ ਜਿਹੜੇ ਨਿਆਬ ਹੁੰਦੇ ਜਾਂਦੇ ਨੇ ਸਾਡੇ ਉਰਦੂ ਦੇ ਐਸੇ ਅਲਫਾਜ਼ ਨੇ ਉਹ ਨਿਆਬ ਹੁੰਦੇ ਜਾਂਦੇ ਨੇ ਉਹਨਾਂ ਦੀ ਜਗ੍ਹਾ ਆਰਟੀਫੀਸ਼ਲ ਅਲਫਾਜ਼ਾਂ ਨੇ ਲੈ ਲਈਏ ਜਿਵੇਂ ਕਿ ਲੋਕ ਆਪਣੀ ਖੂਬਸੂਰਤੀ ਵਿਖਾਉਣ ਵਾਸਤੇ ਆਪਣੀ ਇੱਕ ਬੜਾਈ ਬਿਆਨ ਕਰਨ ਵਾਸਤੇ ਨਵੇਂ-ਨਵੇਂ ਅਲਫਾਜ਼ ਬੋਲਦੇ ਨੇ ਤੇ ਗਲਤ ਜਗ੍ਹਾ ਤੇ ਗਲਤ ਜਗ੍ਹਾ ਤੇ ਗਲਤ ਅਲਫਾਜ਼ ਲਾ ਦਿੰਦੇ ਨੇ। ਨਾਜ਼ਰੀਨ ਅੱਜ ਮੈਂ ਤੁਹਾਡੇ ਵਾਸਤੇ ਇੱਕ ਸਾਡੇ ਇਸ ਪੰਜਾਬੀ ਅਦਬ ਦਾ ਇੱਕ ਨੌਜਵਾਨ ਸ਼ਾਇਰ ਕਹਾਣੀगो ਸ਼ਾਇਰ ਅੱਜ ਮੈਂ ਆਪਣੇ ਪ੍ਰੋਗਰਾਮ ਦੀ زینت ਬਣਾਵਾਂਗਾ। ਔਰ ਤੁਹਾਡੀ ਉਸ ਨਾਲ ਮੁਲਾਕਾਤ ਕਰਵਾਵਾਂਗਾ। ਲਿਖਾ ਨਾਜ਼ਰੀਨ ਮੈਂ ਥੋੜਾ ਜਿਹਾ ਤੁਹਾਡੇ ਨਾਲ ਡਿਸਕਸ ਕਰਨਾ ਚਾਹਨਾ ਸਾਡੇ ਇੱਕ ਧਰਤੀ ਐਸਾਈਵਾਲ ਦਾ ਬੜਾ ਵੱਡਾ ਨਾਂ ਨੇ ਉਹਨਾਂ ਦੀ ਇੱਕ ਕਹਾਣੀ ਜਿਹੜੀ ਥੋੜੀ ਜਿਹੀ ਮੈਨੂੰ ਯਾਦ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਨਾਜ਼ਰੀਨ ਦਰਿਆ ਦੇ ਕਿਨਾਰੇ ਤੇ ਇੱਕ ਕੋਈ ਪਿੰਡ ਆਬਾਦ ਸੀ ਸੱਚਾ ਵੇਲਾ ਸੀ ਸੱਚੇ ਲੋਕ ਹੁੰਦੇ ਸੀ ਸੁਚੀਆਂ ਛਈ ਹੁੰਦੀਆਂ ਸਨ ਉਸ ਪਿੰਡ ਦੇ ਵਿੱਚ ਛਾਲ ਆ ਗਈ ਸਿਲਾਬ ਆ ਗਿਆ ਹੜ ਆ ਗਿਆ अच्छा ਜਦੋਂ ਸਿਲਾਬ ਹੁੰਦਾ ਹੈ ਨਾ ਤੇ ਲੋਕਾਂ ਕੋਲ ਉਸ ਉਸ ਦੌਰ ਦੇ ਵਿੱਚ ਕੋਈ ਆਲਟਰਨੇਟ ਨਹੀਂ ਹੁੰਦਾ ਲੋਕ ਅਗਰ ਇੱਕ ਇੱਕ ਜਗ੍ਹਾ ਤੋਂ ਕਿਸੇ ਆਫਤ ਦੀ ਵਜ੍ਹਾ ਤੋਂ ਮਾਈਗ੍ਰੇਟ ਕਰਦੇ ਹਨ ਤੇ ਉਹਨਾਂ ਵਾਸਤੇ ਕਈ ਮੁਸ਼ਕਿਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਉਂਦਾ ਅਗਰ ਉਹ ਤੁ ਜਾਨਵਰ ਲੈ ਕੇ ਜਾਂਦੇ ਹਨ ਜਾਨਵਾਰਾਂ ਦਾ ਪੱਠਾ ભાੜਾ ਉਹ ਮੁਸ਼ਕਿਲ ਹੋ ਜਾਂਦਾ ਜਦੋਂ ਆਪਣੀ ਉਹ ਜਗਾ ਛੱਡ ਕੇ ਜਾਂਦੇ ਹਨ ਅੱਗੇ ਰਹਿਣਾ ਸਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਕੋਈ ਇਹ ਜ਼ਰੂਰੀ ਤੇ ਨਹੀਂ ਹੁੰਦਾ ਕਿ ਅਗਲਾ ਬੰਦਾ ਜਿਹੜਾ ਉਹਨਾਂ ਨੂੰ ਮਹਿਮਾਨ ਨਵਾਜ਼ੀ ਕਰਦਾ ਹੈ ਉਸ ਕੋਲ ਇਤਨੀ ਫੈਸਿਲਿਟੀਆਂ ਹੋਵਣ ਕਿ ਉਹ ਇੱਕ ਪੂਰੀ ਫੈਮਿਲੀ ਨੂੰ ਉਥੇ ਟ੍ਰੀਟ ਕਰ ਸਕੇ ਅੱਛਾ ਉਹ ਇੱਕ ਵੇਲੇ ਦੀ ਗੱਲ ਹੈ ਕਿ ਛਾਲ ਆ ਗਈ ਸਿਲਾਬ ਆ ਗਿਆ ਤੇ ਉੱਥੋਂ ਦੇ ਲੋਕ ਜਿਹੜੇ ਨੇ ਉਹ ਮਾਈਗ੍ਰੇਟ ਕਰ ਗਏ ਇੱਕ ਘਰ ਆ ਉਹਨਾਂ ਦੇ ਵਿੱਚ ਇੱਕ ਬੁੱਢੜੀ ਜੰਮਾ ਆਈ ਜਿਹੜੀ ਉਹਨਾਂ ਨੂੰ ਆਂਦੀ ਆਈ ਪੁੱਤਰ ਕੁਝ ਨਹੀਂ ਹੁੰਦਾ ਤੁਸੀਂ ਇੱਥੇ ਰਹੋ ਆਪਾਂ ਇਨਸ਼ਾਅੱਲਾ ਇਹ ਜਗ੍ਹਾ ਨਹੀਂ ਛੱਡਣੀ ਤੇ ਸਿਰਾ ਵਟ ਜਾਣਾ ਕੁਝ ਨਹੀਂ ਹੁੰਦਾ ਲੇਕਿਨ ਉਹਦੇ ਪੁੱਤਰ ਅਸਰਾਰ ਕਰਦੇ ਰਹੇ ਜ਼ਿੱਦ ਕਰਦੇ ਰਹੇ ਕਿ ਅੰਮਾ ਹੁਣ ਤੇ ਸਿਲਾਬ ਦਰਿਆ ਵਿੱਚੋਂ ਨਿਕਲ ਪਿਆ ਹੈ ਲੋਕ ਬੁੱਢਦੇ ਪੈਨੇ ਜ਼ਮੀਨਾਂ ਬੁੱਢ ਗਈਆਂ ਨੇ ਪੱਠਾ ਬਾੜਾ ਬੁੱਢ ਗਿਆ ਹੈ ਹੁਣ ਆਪਣੇ ਕੋਲ ਜਾਨਵਰਾਂ ਨੂੰ ਖਵਾਵਣ ਦੀ ਸ਼ਾਇਕ ਕੋਈ ਨਹੀਂ ਹੈ ਤੂੜੀ ਕੋਈ ਨਹੀਂ ਹੈ ਚਾਰਾ ਕੋਈ ਨਹੀਂ ਹੈ ਅмма ਮੁਰ ਵੀ ਤਸੱਲੀ ਦਿੱਤੀ ਕਿ ਨਹੀਂ ਕੁਛ ਨਹੀਂ ਹੁੰਦਾ ਤੁਸੀਂ ਰੋ ਆਪਾਂ ਇਹ ਘਰ ਨਹੀਂ ਛੱਡਣਾ ਲੇਕਿਨ ਉਹ ਜਿਹੜੇ ਘਰ ਦੇ ਨੌਜਵਾਨ ਹਨ ਉਸ ਅмма ਦੇ ਬੇਟੇ ਤੇ ਬੇਟੀਆਂ ਹਨ ਅੱਛਾ ਨੋਵਾ ਵੀ ਹੋਸਣ ਬਹੂ ਜਿਹੜੀਆਂ ਉਹ ਉਹਨੂੰ ਆਂਦੇ ਰੇ ਕਿ ਅмма ਆਪਾਂ ਇੱਥੋਂ ਚਲੀਏ ਅмма ਇصرਾਰ ਕਰਦੇ ਰੇ ਕਿ ਜਗਾ ਛੱਡ ਕੇ ਨਹੀਂ ਜਾਣੀ ਅੱਛਾ ਹੋਇਆ ਕਿ ਸਲਾਬ ਪਿੰਡ ਚ ਵੜ ਆਇਆ ਪਿੰਡ ਦੇ ਲੋਕ ਉੱਥੋਂ ਚਲੇ ਗਏ ਮਾਈਗ੍ਰੇਟ ਕਰ ਗਏ ਕਈ ਜਗ੍ਹਾ ਤੇ ਨਿਕਲ ਗਏ ਜਿੱਥੇ ਜਿੱਥੇ ਕਿਸੇ ਨੂੰ ਕੋਈ ਜਗ੍ਹਾ ਲੱਭਦੀ ਆਈ ਉੱਥੋਂ ਨਿਕਲ ਗਏ ਉਹ ਇਲਾਕਾ ਛੱਡ ਗਏ ਉਹ ਘਰ ਹੇਕ ਰਹਿ ਗਿਆ ਉਹ ਆ ਕੇ ਉਹਨਾਂ ਬੇਟੇ ਆ ਕੇ ਦੁਬਾਰਾ ਵਾਲਦਾ ਨੂੰ ਮਿਹਨਤ ਕੀਤੀ ਕਿ ਅੰਮਾ ਹੁਣ ਤੇ ਇਹ ਇਲਾਕੇ ਦੇ ਇਸ ਚੱਕ ਦੇ ਲੋਕ ਇੱਥੋਂ ਬਿਲਕੁਲ ਵਗ ਗਏ ਨੇ ਇੱਥੇ ਕੋਈ ਵੀ ਨਹੀਂ ਰਹਿ ਗਿਆ ਹਰ ਸ਼ਾਇ ਬੁੱਢ ਗਈ ਏ ਸਾਡੇ ਜਾਨਵਰ ਵੀ ਬੁੱਢ ਗਏ ਨੇ ਕਈ ਲੁੜ ਗਏ ਨੇ ਜਾਨਵਰਾਂ ਨੂੰ ਜਿਹੜੀ ਜਗ੍ਹਾ ਤੇ ਪੱਠੇ ਪਾਏ ਜਾਂਦੇ ਨੇ ਚਾਰਾ ਪਾਇਆ ਜਾਂਦਾ ਉਹ ਖੁਰਾਣੀ ਵੀ ਆਖਿਆ ਜਾਂਦਾ ਪੰਜਾਬੀ ਵਿੱਚ ਸਾਡੀਆਂ ਖੁਰਾਣੀਆਂ ਤੱਕ ਬੁੱਢ ਗਈਆਂ ਨੇ ਲੁੜ ਗਈਆਂ ਨੇ ਅੰਮਾ ਤੇ ਹੁਣ ਆਪਾਂ ਨੂੰ ਇੱਥੋਂ ਵਗ ਜਾਣਾ ਚਾਹੀਦਾ ਹੈ ਅੰਮਾ ਪੁੱਛਿਆ ਭਈ ਹੁਣ ਤੁਸੀਂ ਕਿੱਥੇ ਜਾਊ ਉਹ ਮੈਨੂੰ ਦੱਸੋ ਤਾਂ ਸਹੀ ਉਨਾਂ ਆਖਿਆ ਅмма ਟਾਈਮ ਕੋਈ ਨਹੀਂ ਹਰ ਬਿਲਕੁਲ ਕਰੀਬ ਆ ਗਿਆ ਛਾਲ ਆ ਗਈਏ ਇਤਨਾ ਟਾਈਮ ਨਹੀਂ ਅмма ਇਥੋਂ ਨਿਕਲਿਏ ਅਗਾ ਜਿੱਥੇ ਕਿਦਾਂ ਕਿਸਮਤ ਹੋਈ ਉੱਥੇ ਆਪਣਾ ਘਰ ਬਣ ਜਾਸੀ ਤੇ ਅਗਾ ਨਿਕਲਿਏ ਟਾਈਮ ਕੋਈ ਨਹੀਂ ਤੇ ਅмма ਆਖਿਆ ਢੇਰੀਆਂ ਤੇ ਬੇਟੇ ਅਗੂ ਆਖਿਆ ਕਿ ਅмма ਢੇਰੀਆਂ ਵੀ ਡਾਹ ਗਈਆਂ ਨੇ ਉਹ ਵੀ ਬੋੜ ਗਈਆਂ ਨੇ ਤਾਂ ਪਰਮਾ ਲੇਟ ਨਾ ਕਰ ਅੱਪੇ ਇਥੋਂ ਨਿਕਲੀਏ ਅਗਾ ਜਿੱਥੇ ਗਏ ਉੱਥੇ ਢੇਰੀਆਂ ਵੀ ਬਣ ਜਾਂਸਣ ਅੰਮਾ ਆਖਿਆ ਵੇ ਨਹੀਂ ਪੁੱਤਰਾ ਢੇਰੀਆਂ ਵਾਸਤੇ ਮਰਨਾ ਪਉਂਦਾ ਢੇਰੀਆਂ ਵਾਸਤੇ ਮਰਨਾ ਪਉਂਦਾ ਮਤਲਬ ਕਿਸੇ ਵੀ ਜੱਗਾ ਨੂੰ ਛੱਡਣਾ ਬੜਾ ਮੁਸ਼ਕਿਲ ਹੈ ਕਿਸੇ ਵੀ ਸੰਗੇ ਨੂੰ ਛੱਡਣਾ ਬੜਾ ਮੁਸ਼ਕਿਲ ਹੈ ਸੰਗੇ ਬਣਦੇ ਤੇ ਆਸਾਨੀ ਨਾਲ ਮਹਿਸੂਸ ਹੁੰਦੇ ਨੇ ਲੇਕਿਨ ਉਹ ਟਾਈਮ ਲੈਂਦੇ ਨੇ ਲੇਕਿਨ ਜਦੋਂ ਬਣ ਜਾਂਦੇ ਨੇ ਉਹ ਛੱਡਣੇ ਬੜੇ ਮੁਸ਼ਕਿਲ ਹੁੰਦੇ ਨੇ ਉੱਥੇ ਲੋਕਾਂ ਦੀ ਜੁੜਤ ਬਣ ਜਾਂਦੀ ਏ ਉਸ ਜਗ੍ਹਾ ਤੇ ਉੱਥੇ ਮੁਹੱਬਤ ਬਣ ਜਾਂਦੀ ਏ ਉਹ ਜਗ੍ਹਾ ਛੱਡਣੀ ਮੁਸ਼ਕਿਲ ਹੁੰਦੀ ਏ ਅੱਛਾ ਮੈਂ ਇੱਕ ਹੋਰ ਜਿਹੜੀ ਗੱਲ ਸ਼ੁਰੂ ਤੋਂ ਦੱਸਣੀ ਆਈ ਮਾਜ਼ਰਤ ਕਰਨਾ ਮੈਂ ਉਹ ਦੁਬਾਰਾ ਦੱਸ ਦੇਣਾ ਢੇਰੀ ਦਾ ਮਕਸਦ ਕਬਰਾਂ ਕਿ ਕਬਰਾਂ ਵਿੱਚ ਡੋਬ ਗਈਆਂ ਨੇ ਤੇ ਬੇਟੇ ਆਖਿਆ ਅਮਾ ਉੱਥੇ ਨਵੀਆਂ ਬਣ ਜਾਸਣ ਉਹ ਸਾਖਿਆ ਵੇ ਨਹੀਂ ਬਚੜਾ ਢੇਰੀਆਂ ਵਾਸਤੇ ਮਰਨਾ ਪੈਂਦਾ ਹੈ ਤੇ ਨਾਜ਼ਰੀਨ ਹੁਣ ਮੈਂ ਤੁਹਾਨੂੰ ਅੱਜ ਆਪਣੇ ਇਸ ਪ੍ਰੋਗਰਾਮ ਦੇ ਉਸ ਮਹਿਮਾਨ ਨਾਲ ਮਿਲਵਾ ਰਹੇ ਹਾਂ ਜਿਹੜੇ ਕਿਸੇ ਤਾਰਫ਼ ਦੇ ਮਹਤਾਜ ਨਹੀਂ ਨੇ ਸਾਡੇ ਸਹੀਵਾਲ ਦਾ ਬੜਾ ਵੱਡਾ ਨਾਂ ਨੇ ਪੰਜਾਬੀ ਅਦਬ ਦੇ ਵਿੱਚ ਬੋਲੀ ਦੇ ਸੋਹਣੇ ਲਿਖਾਰੀ ਨੇ ਬੋਲੀ ਸੋਣੀ ਆਖਦੇ ਨੇ ਦੋੜਾ ਸੋਣਾ ਆਖਦੇ ਨੇ ਤੇ ਕਹਾਣੀ ਸੋਣੀ ਆਖਦੇ ਨੇ ਆਓ ਨਾਜ਼ਰੀਨ ਅੱਜ ਤੁਹਾਨੂੰ ਮੈਂ ਮਿਲਵਾ ਰਿਹਾ ਸਲੀਮ ਅਸਦ ਨਾਲ ਜੀ ਅਸਲਾਮੁਅਲੈਕੁਮ ਸਲੀਮ ਅਸਦ ਸਾਹਿਬ ਜੀ ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਨੇ ਆ ਤੇ ਹੋਰ ਸੁਣਾਓ ਸਲੀਮ ਅਸਦ ਸਾਹਿਬ ਕੀ ਹਾਲ ਨੇ ਠੀਕ ਠਾਕ ਹੋ ਜੀ ਵਾਲੇਕੁਮ ਅਸਲਾਮ ਬਗੈਲਾ ਸਾਹਿਬ ਸਰ ਵਾਲੇਕੁਮ ਅਸਲਾਮ ਬਗੈਲਾ ਸਾਹਿਬ ਤੁਸੀਂ ਕਹਾਣੀ ਦੀ ਗੱਲ ਕਰਦੇ ਪਿਆ ਹੈ ਤੇ ਅੱਗੇ ਪੋਤਰੇ ਦਾਦੀਆਂ ਕੋਲੋਂ ਤੇ ਦੋ ਤਿੰਨ ਨਾਨੀਆਂ ਕੋਲੋਂ ਜਾਂ ਵੱਡੇ ਬਜ਼ੁਰਗਾਂ ਕੋਲੋਂ ਬੱਚੇ ਕਹਾਣੀਆਂ ਸੁਣਦੇ ਆਣ ਤੇ ਅੱਗੋਂ ਹੁੰਗਾਰੇ ਦਿੰਦਿਆਂ ਦਿੰਦਿਆਂ ਜਿਵੇਂ ਅੱਜਕੱਲ ਬੰਦੇ ਫੋਨ ਤੇ ਖਿਲਵੇਂ ਲੱਗੇ ਨਾ ਸਾਂ ਜਾਂਦੇ ਫੋਨ ਸੀਨੇ ਤੇ ਪਿਆਰਾ ਜਾਂਦਾ ਉਹ ਬੱਚੇ ਹੁੰਗਾਰੇ ਦਿੰਦੇ ਦਿੰਦੇ ਉਹ ਸਾਂ ਜਾਂਦੇ ਤੇ ਨਾਲ ਮਜ਼ੂਜ਼ ਹੁੰਦੇ ਆਣ ਖੁਸ਼ ਹੁੰਦੇ ਆਣ ਤੇ ਇਹ ਆਂਦੇ ਆਣ ਬੇ ਦਾਦੀ ਮੈਨੂੰ ਅੱਜ ਆਹ ਕਹਾਣੀ ਸੁਣਾ ਦਾਦੀ ਮੈਨੂੰ ਆ ਜਾ ਕਹਾਣੀ ਸੁਣਾ ਉਹਨਾਂ ਕਹਾਣੀਆਂ ਦੇ ਰੰਗ ਚੋ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਇਨਾ ਮਦਾਰੀ ਮਦਾਰੀ ਦੀ ਕਹਾਣੀ ਇਸ ਤਰੀਕੇ ਹੈ ਵੀ ਬੰਦੇ ਦੇ ਗੱਲ ਵਿੱਚ ਜਿਹੜੀ ਗੱਲ ਕਰਨੀ ਅਖਬਾਰ ਦੀਆਂ ਵੀ ਸੁਰਖੀਆਂ ਹੋਣ ਤਾਂ ਉਹਨਾਂ ਵਿੱਚ ਇੱਕ ਅੱਛੀ ਗੱਲ ਹੁੰਦੀ ਹੈ ਮਦਾਰੀ ਦੇ ਮਦਾਰ ਪੁਣੇ ਵਿੱਚ ਇੱਕ ਗੱਲ ਆਈ ਮਦਾਰੀ ਪੜ੍ਹੇ ਐਲਾਨ ਕੀਤਾ ਵੀ ਮੇਰੇ ਕੋਲ ਇੱਕ ਬੱਕਰਾ ਹੈ ਭਾਈ ਜਾਨ ਉਹ ਪਹਿਲੀ ਛਾਲ ਮਰਦਾ ਹੈ 10 ਫੁੱਟ ਦੀ ਦੂਸਰੀ ਛਾਲ ਮਰਦਾ ਉਹ 8 ਫੁੱਟ ਦੀ ਤੀਸਰੀ ਛਾਲ ਮਰਦਾ ਉਹ 6 ਫੁੱਟ ਦੀ ਬੰਦੇ ਆ ਸੋਚਿਆ ਵੀ ਯਾਰ ਉੰਜ ਛਾਲਾ ਮਰਦੇ ਆ ਤੇ ਬੱਕਰੀਆਂ ਨੂੰ ਬੜਾ ਵੇਖਿਆ ਪਰ ਜਿਹੜੀ ਕੱਚ ਕੇ ਛਾਲ ਮਾਰੋਣੇ ਵੇਖੀਏ ਮਦਾਰੀ ਦੀ ਇਸ ਗੱਲ 'ਚ ਵਜ਼ਨ ਆ ਜੀ ਉਹ ਇੰਜ ਵਜ਼ਨ ਵੇਖ ਕੇ ਲੋਕਾਂ ਦਾ ਰਸ਼ਵਤਦਾ ਗਿਆ ਵੀ ਇਹ ਯਾਰ ਜਿਹੜੀ ਕੱਚ ਕੇ ਛਾਲ ਮਰਦਾ ਏ ਛਾਲ ਵੇਖੀਏ ਬੰਦੇ ਇਕੱਠੇ ਮਜਮਾ ਲੱਗ ਗਿਆ ਮਦਾਰੀ ਆ ਦਾ ਮਦਾਰ ਪੂਣਾ ਵਿਖਾਣਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲੇ ਉਹਨੇ ਕੋਈ ਦਵਾਈਆਂ ਕੱਡੀਆਂ ਝੋਲੇ 'ਚੋਂ ਉਨੇ ਆਖਿਆ ਮੇਰੇ ਕੋਲ ਹੈ ਦਵਾਈਆਂ ਜੀ ਇਹਨਾਂ ਦੀ ਹੈ ਕੀਮਤ ਹੈ ਆਇਆ ਹੈ ਫਾਇਦੇ ਤੇ ਇਹਨਾਂ ਵਾਸਤੇ ਤੁਸੀਂ ਲਓ ਲੋਗਾ ਬੜੇ ਉਦੇ ਦਿਲਚਸਪੀ ਲਈ ਉਹਨਾਂ ਦਵਾਈ ਖਰੀਦੀ ਫਿਰ ਬੰਦਿਆਂ ਇਸ਼ਾਰਾ ਕਰਕੇ ਪੁੱਛਿਆ ਵੀ ਉਹ ਕੰਮ ਉਹ ਸਾਂਖਿਆ ਭਾਈ ਜਾਨਾ ਰੀਵਾ ਤੂੰ ਜੋੜਾਂ ਦੀਆਂ ਦਰਦਾਂ ਤੂੰ ਇਦਲੀ ਗੱਲ ਤੂੰ ਉਦਲੀ ਤੂੰ ਆੜ ਉਸ ਮਰਜ਼ਾਂ ਗਣ ਕੇ ਦੱਸਿਆ ਤੇ ਨਾਲ ਹੀ ਪੂੜੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਲੋਗਾ ਮੋੜੋਂ ਦੀਆਂ ਖਰੀਦੀਆਂ ਉਸ ਬਕਰੇ ਅਗੂ ਕੋਈ ਮੋਂਗ ਫੜੀ ਦੇ ਝੋਲੇ ਚੁਦਾਣੇ ਕਾਢ ਕੇ ਸੱਟੇ ਉਹ ਦਾਣੇ ਬਕਰੇ ਚਾ ਚਾ ਕੇ ਖਾਵੇਂ ਹੋ ਗਿਆ ਲੋਗਾਂ ਨੂੰ ਪਤਾ ਲੱਗ ਗਿਆ ਬਕਰਾ ਠੀਕ ਠਾਕ ਹੈ ਗੱਲ ਚੰਗੀ ਕਰਸੀ ਕਾਛ ਕੇ ਛਾੜਾ ਮਾਰਸੀ ਅੱਛਾ ਲੋਗਾ ਪੈਸੇ ਕੋਈ ਦਵਾਈਆਂ ਤੇ ਠਗਾਏ ਕੋਈ ਉਸ ਹੋਰ ਪੁੜੀਆਂ ਵੇਚੀਆਂ ਹੁੰਦੇ ਤੇ ਠਗਾਏ ਕੋਈ ਪਹਿਲੇ ਦਾਦਾ ਉਹ ਬਕਰੇ ਕੋਲ ਪਿਨਾਲਿਆ ਸੋ ਝੋਲਾ ਲਈ ਵਤੇ ਵੰਜਲੀ ਬਕਰਾ ਹਰਸ਼ਾ ਨਾਲ ਲਈ ਵਤੇ ਅੱਛਾ ਜੇ ਸਾਰੇਆਂ ਲੋਕਾਂ ਐਦੇ ਹੁੰਦੇ ਲੈ ਧਿਆਨ ਕੀਤਾ ਨਾ ਵੀ ਉਹ ਭਾਈ ਜਾਨ ਛਾਲਾਂ ਵਾਲਾ ਕੰਮ ਕਰੋ ਉਸ ਬੱਕਰੇ ਆ ਗੂ ਸੋਟੀ ਸੱਟੀ ਬੱਕਰੇ ਚਾਹ ਕੇ ਮਾਲਕ ਨੂੰ ਦਿੱਤੀ ਉਸ ਆਖਿਆ ਜੀ ਕੰਮ بڑے بڑے ਕਰਦਾ ਹੈ ਅਖੀਰੀ ਉਹ ਵਾ ਮਦਾਰੀ ਤੇ ਆਹ ਦਾ ਮਦਾਰ ਪੂਣਾ ਇੰਜ ਕਰਕੇ ਵਿਖਾ ਗਿਆ ਵੀ ਉਹ ਸਾਰੇ ਦਵਾਈਆਂ ਵੇਚ ਕੇ ਪੈਸੇ ਠਾਕ ਕੇ ਜੋੜੇ ਚ ਇਕੱਠੇ ਕਰਕੇ ਉਤੋਂ ਗੱਡੀ ਘਾਤ ਕੇ ਹਰ ਸ਼ਾਸਤ੍ਰੀ ਪਦਰੀਕਾਰ ਕੇ ਨਾ ਤੇ ਉਸ ਲੋਗਾ ਨੂੰ ਪੁੱਛਿਆ ਭਈ ਜਾਨ ਅਜ ਵਾਰ ਕੀ ਹੈ ਪਰ ਉਤਨੀ देर ओ रात इतनाक हो गया अभी ਤੁਹਾਨੂੰ ਮੈਂ ਕੀ ਦੱਸਾਂ ਬੀ 2 300 ਬੰਦਾ ਮਜਮੇ ਤੇ ਇਕੱਠਾ ਹੋ ਗਿਆ ਮੈਂ ਵੀ ਦੇਲੇ ਸੋਚਿਆ ਵੀ ਅੱਜ ਇਹਨੂੰ ਭੱਜਣ ਲੋਗ ਨਹੀਂ ਦਿੰਦੇ ਇਤਨੇ ਪੈਸੇ ਬੜੀ ਖੋਤੇ ਕੋਈ ਦਵਾਈ ਖਰੀਦੀ ਖੋਤਾ ਕੋਈ ਉਂਝ ਪਹਿਲੇ ਬੱਕਰੇ ਦੀ ਖਿਦਮਤ ਕੀਤੀ ਖੋਤਾ ਇਹਨੂੰ ਅੱਜ ਭੱਜਣ ਨਸਣ ਨਹੀਂ ਦਿੰਦੇ ਬਗੈਲਾ ਸਾਬੋਆ ਮਦਾਰੀ ਤੋਂ ਮਦਾਰ ਪੁਣਾ ਵਿਖਾ ਗਿਆ ਉਸ ਲੋਗਾ ਨੂੰ ਪੁੱਛਿਆ ਵੀ ਅੱਜ ਦਿਨ ਕੀ ਹੈ ਲੋਗਾ ਆਖਿਆ ਅੱਜ ਜੀ ਮੰਗੋਲ ਹੈ ਉਹ ਸਹੀ ਅਫਸੋਸ ਕਰ ਕੇ ਆਖੋ ਸਾਕ ਮੰਗਲ ਨੂੰ ਛਾੜਾ ਨਹੀਂ ਮਰਦਾ ਜੀ ਤੇ ਨਾਜ਼ਰੀਨ ਇਹ ਸਾਡੇ ਪ੍ਰੋਗਰਾਮ ਦੇ ਮਹਿਮਾਨ ਸਨ ਜਨਾਬ ਸਲੀਮ ਅਸਦ ਸਾਹਿਬ ਜਿਹੜੇ ਸਾਈ ਵਾਲਤ ਬਿਲੋਂਗ ਕਰਦੇ ਨੇ ਇਹਨਾਂ ਤੁਹਾਨੂੰ ਇੱਕ ਕਹਾਣੀ ਸੁਣਾਈ ਉਹ ਅਸੀਂ ਵੀ ਸੁਣੀ ਤੇ ਬੜਾ ਮਹਿਸੂਸ ਹੋਏ ਬੜੀ ਸੁਣਨ ਵਾਲੀ ਤੇ ਸੋਹਣੀ ਕਹਾਣੀ ਸੀ ਬੜੀ ਮਜ਼ੇਦਾਰ ਕਹਾਣੀ ਸੀ ਉਮੀਦ ਹੈ ਨਾਜ਼ਰੀਨ ਤੁਸੀਂ ਵੀ ਸੁਣੀ ਹੋਏਗੀ ਲੇਕਿਨ ਨਾਜ਼ਰੀਨ ਮੇਰੀ ਆਖਿਰ ਤੇ ਫਿਰ ਇੱਕ ਰਿਕੁਐਸਟ ਤੁਸੀਂ ਇੱਕ ਮਿਹਰਬਾਨੀ ਕਰਨੀ ਹੈ ਸਾਡਾ ਪ੍ਰੋਗਰਾਮ ਸਾਡੇ YouTube ਚੈਨਲ ਸਾਂਝਾ ਸਾਈਵਾਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਸਾਡੀਆਂ ਮਜ਼ੀਦ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਖੂਬਸੂਰਤ ਸਟੋਰੀਆਂ ਵੀਡੀਓਜ਼ ਕਹਾਣੀਆਂ ਪ੍ਰੋਗਰਾਮ ਤੁਹਾਡੇ ਤੱਕ ਬਰ ਬਰ ਵਕਤ ਪਹੁੰਚਦੇ ਰਹਿਣ ਤੇ ਤੁਸੀਂ ਵੇਖਦੇ ਰਹੋ ਸਾਂਝਾ ਸਾਈਵਾਲ ਅਗਲੇ ਪ੍ਰੋਗਰਾਮ ਤੱਕ ਆਪਣੇ ਸੱਜਣ ਆਪਣੇ ਬੇਲੀ ਆਪਣੇ ਦੋਸਤ ਸ਼ਫਕਤ ਬਖੇਲਾ ਨੂੰ ਦਿਉ ਇਜਾਜ਼ਤ ਤੇ ਵੇਖਦੇ ਰਹਿਣਾ ਸਾਂਝਾ ਸਾਈਵਾਲ ਅੱਲਾ ਨਿਗੇਬਾਨ